अज साढ़े नाल बाई लखे सिधाण के माता जी ने माता हरबंस कौर जी मस्तवाणा की धरती से पहुँचे ने जिते बड़ी गिणती दे विच नौजवान पहुँचे सी। माता उरे पहुँचे हो मुंडे कह लिए सारे थोड़े नाल फोटो खिचा रहे ने गल्लां बातां कर रहे ने होर थोड़े सारे गोडियां तर ने की हुण मन की फील हो रहा है? मन बहुत खुश हुंदा वी खुश हुंदा मन इन्हां नूं वेख के खुश हुंदा वी इह मेरे सारे लखे आ जाणी दा मैं तां इह मन खुश हुंदा हैगा ते बाकी कट्ठ वेख के खुश हुंदा हैगा। कोई आपां नूं डर नहीं इन्हां तों सरकारां तों डर नहीं कोई प्रशासन तों डर नहीं गा आपां तां कासे तों डर नहीं गा। ਕੋਈ ਜਦੋਂ ਪਹਿਲਾਂ ਕੋਈ ਲੱਖੇ ਦੀ ਕੋਈ ਛੋਟੀ ਮੋਟੀ ਪਹਿਲਾਂ ਦੀ ਸ਼ਰਾਰਤ ਜਦੋਂ ਤੁਸੀਂ ਕਦੇ ਨਾ ਕਦੇ ਤੂੰ ਉਹਨੂੰ ਗਾਲ ਦਿੰਦੀ ਹੋਵੇ? ਉਹ ਤਾਂ ਬੱਚਿਆਂ ਨੂੰ ਹੁੰਦਾ ਹੀ ਰਹਿੰਦਾ ਛੋਟੇ ਹੁੰਦਿਆਂ ਤੋਂ ਬੱਚਿਆਂ ਨੂੰ ਕਰਦੀ ਹਾਂ ਆਪਾਂ। ਹੁਣ ਜਦੋਂ ਦਿੱਲੀ ਜਾਂਦਾ ਹੁੰਦਾ ਜਾਂ ਕਿਤੇ ਹੋਰ ਧਰਨ ਜਾਂਦਾ ਉਦੋਂ ਮਨ 'ਚ ਕਿੰਨੀ ਕੁ ਸੋਚ ਹੁੰਦੀ ਹੈ? ਕੋਈ ਸੋਚ ਨਹੀਂ ਨਹੀਂ ਕੋਈ ਸੋਚ ਨਹੀਂ ਆਪਾਂ ਨੂੰ ਤਾਂ ਕੋਈ ਸੋਚ ਨਹੀਂ। ਹੁਣ ਕੋਈ ਦੋ ਸ਼ਬਦ ਸੁਨੇਹਾ ਕੋਈ ਤੇਰਾ ਸੁਨੇਹਾ ਆਪਣਾ? ਬਸ ਸੁਨੇਹਾ ਇਹੀ ਹੈ ਵੀ ਆਪਾਂ ਦਿੱਲੀ ਜਿੱਤ ਗਏ ਕਾਨੂੰਨ ਰੱਦ ਹੋਣ ਇਹਨਾਂ ਦੇ ਨੌਜਵਾਨਾਂ ਦੀ ਪਰਚੀ ਰੱਦ ਹੋਣ ਵਿਚਾਰੇ ਜਿਹੜੇ ਜੇਲ੍ਹਾਂ 'ਚ ਬੈਠੇ ਆ ਉਹ ਬਾਹਰ ਆਉਣ ਕੋਈ ਛੋਟੇ ਪਰਿਵਾਰ ਬੱਚੇ ਛੱਡੀ ਬੈਠਾ ਕੋਈ ਬਜ਼ੁਰਗ ਛੱਡੀ ਬੈਠਾ ਪਿੱਛੇ ਵੀ ਸਾਰੇ ਆਪੋ ਆਪਦੇ ਥਾਂ ਹੀ ਆਉਣ ਇਹ ਆਪਣਾ ਸੰਘਰਸ਼ ਜਿੱਤਿਆ ਜਾ ਬਈ। ਸੋ ਇੱਥੇ ਮਹਾਰਾਜ ਤੋਂ ਬਾਅਦ ਜਿਹੜੀ ਵੱਡੀ ਰੈਲੀ ਹੋਈ ਸੀ ਉਸ ਤੋਂ ਬਾਅਦ ਮਸਤਵਾਣਾ ਵਿਖੇ ਨੌਜਵਾਨਾਂ ਦਾ ਵੱਡਾ ਇਕੱਠ ਰੱਖਿਆ ਗਿਆ ਸੀ ਜਿੱਥੇ ਲੱਖੇ ਸਿਧਾਣ ਦੇ ਮਾਤਾ ਜੀ ਅਤੇ ਉਹਨਾਂ ਦੀ ਭੈਣ ਵੱਲੋਂ ਅਤੇ ਉਹਨਾਂ ਦੇ ਪਿੰਡ 'ਚੋਂ ਵੱਡੀਆਂ ਗਿਣਤੀ ਦੇ ਵਿੱਚ ਬੱਸਾਂ ਪਹੁੰਚੇ ਸੀ ਨੌਜਵਾਨ ਪਹੁੰਚੇ ਸੀ। ਸੋ ਆਉਣ ਵਾਲੇ ਟਾਈਮ 'ਚ ਦੇਖਦੇ ਹਾਂ ਕਿਸੇ ਹੋਰ ਸ਼ਖਸੀਅਤ ਨੂੰ ਚੰਗੀ ਸ਼੍ਰੇਣੀ ਸ਼ਖਸੀਅਤ ਨੂੰ ਤੁਹਾਡੇ ਰੂਹ ਰੂ ਕਰਾਂਗੇ। ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਜੀ ਧੰਨਵਾਦ।